ਬਾਲੀਵੁੱਡ ਦੇ ਸਾਰੇ ਸਿਤਾਰੇ ਮੁੜ ਇੱਕ ਵਾਰ ਪੰਜਾਬੀ ਗੀਤਾਂ ਤੇ ਭੰਗੜੇ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਜੀਆਂ। ਕਰਨ ਔਜਲਾ ਦੇ ਗੀਤਾਂ ਤੇ ਸਭ ਨੇ ਰੱਜ ਕੇ ਭੰਗੜਾ ਪਾਇਆ। ਅਨੰਤ ਤੇ ਰਾਧਿਕਾ ਦੀ ਸੰਗੀਤ ਪਾਰਟੀ ਦੇ ਵਿੱਚ ਕਰਨ ਔਜਲਾ ਨੇ ਮਹਿਫਿਲ ਜਮਾਈ ਤੇ ਇਸ ਮਹਿਫਿਲ ਦੇ ਵਿੱਚ ਸਾਰੇ ਬਾਲੀਵੁੱਡ ਦੇ ਸਿਤਾਰੇ ਜਿਹੜੇ ਨੇ ਉਹ ਪੰਜਾਬੀ ਗੀਤਾਂ ਤੇ ਝੂਮਦੇ ਹੋਏ ਨਜ਼ਰ ਆਉਂਦੇ ਨੇ ਤੇ ਉੱਥੇ ਹੀ ਨਾਲ ਬਾਦਸ਼ਾਹ ਦੇ ਵੱਲੋਂ ਵੀ ਆਪਣੀ ਫੁੱਲ ਰੈਪ ਮੋਡ ਜਿਹੜਾ ਔਨ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਵੀ ਫੁੱਲ ਮਹਿਫਿਲ ਜਮਾਈ ਜਾਂਦੀ ਹੈ ਤੇ ਇਹਨਾਂ ਦੇ ਨਾਲ ਨਾਲ ਜਸਟਿਨ ਬੀਬਰ ਵੀ ਉੱਥੇ ਪਹੁੰਚਦੇ ਨੇ ਤੇ ਜਸਟਿਨ ਬੀਬਰ ਦੇ ਵੱਲੋਂ ਵੀ ਆਪਣੀ ਜਿਹੜੀ ਪਰਫੋਰਮੈਂਸ ਸਪੈਸ਼ਲ ਪਰਫੋਰਮੈਂਸ ਉੱਥੇ ਦਿੱਤੀ ਗਈ ਜੋ ਕਿ ਸਭ ਨੇ ਕਾਫੀ ਇੰਜੋਏ ਕੀਤੀ ਤੇ ਇਹਨਾਂ ਦੀਆਂ ਵੀਡੀਓਜ਼ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਉੱਥੇ ਹੀ ਜੇ ਅਸੀਂ ਕਰਨ ਔਜਲਾ ਦੀ ਗੱਲ ਕਰ ਰਹੀਏ ਤਾਂ ਕਰਨ ਔਜਲਾ ਦੇ ਵੱਲੋਂ ਵੀ ਆਪਣੀ ਸਪੈਸ਼ਲ ਪਰਫੋਰਮੈਂਸ ਦਿੱਤੀ ਜਾਂਦੀ ਹੈ ਤੇ ਉਹਨਾਂ ਦਾ ਲੇਟੈਸਟ ਸੌਂਗ ਤੌਬਾ ਤੌਬਾ ਨੇ ਤਾਂ ਉੱਥੇ ਸਭ ਦੀ ਤੌਬਾ ਕਰਾ ਦਿੱਤੀ। ਹਰ ਕੋਈ ਜਿਹੜਾ ਕਰਨ ਔਜਲਾ ਨੂੰ ਕਾਫੀ ਜ਼ਿਆਦਾ ਪਿਆਰ ਵੀ ਕਰ ਰਿਹਾ ਸੀ ਤੇ ਨਾਲ ਹੀ ਹਾਰਦਿਕ ਪੰਡਿਆ ਦੇ ਨਾਲ ਕਰਨ ਔਜਲਾ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਤੇ ਨਾਲ ਹੀ ਆਪਣੀ ਫੈਨ ਗਰਲ ਮੂਵਮੈਂਟ ਵੀ ਸ਼ੇਅਰ ਕੀਤੀ ਹੈ ਜੀ। ਹਾਂ, ਕਰਨ ਔਜਲਾ ਨੇ ਸ਼ਨਾਜ਼ ਗਿੱਲ ਦੇ ਨਾਲ ਵੀ ਆਪਣੀ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਦੋਵੇਂ ਜਾਣੇ ਨੱਚਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਅੰਬਾਨੀਆਂ ਦੇ ਵਿਆਹ ਦੀ ਚਰਚਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਤੇ ਉੱਥੇ ਹੀ ਹੁਣ 12 ਜੁਲਾਈ ਨੂੰ ਅਨੰਤ ਤੇ ਰਾਧਿਕਾ ਦਾ ਵਿਆਹ ਹੋਣ ਜਾ ਰਿਹਾ ਤੇ ਜਿਨ੍ਹਾਂ ਦੀ ਬੀਤੇ ਦਿਨ ਸੰਗੀਤ ਪਾਰਟੀ ਸੀ। ਇਸ ਸੰਗੀਤ ਪਾਰਟੀ ਦੇ ਵਿੱਚ ਇਹ ਸਾਰੀ ਰੌਣਕ ਲੱਗਦੀ ਹੈ, ਇਹ ਸਾਰੀ ਮਹਿਫਿਲ ਜਮਾਈ ਜਾਂਦੀ ਹੈ ਤੇ ਜਿੱਥੇ ਬਾਲੀਵੁੱਡ ਦੇ ਸਾਰੇ ਸਿਤਾਰੇ ਪਹੁੰਚਦੇ ਨੇ ਜੀ। ਫਿਰ ਚਾਹੇ ਉਹ ਸਲਮਾਨ ਖਾਨ ਹੋਣ, ਕਿਆਰਾ ਅਡਵਾਨੀ, ਸਿਧਾਰਥ ਮਲਹੋਤਰਾ ਜਾਂ ਫਿਰ ਅਸੀਂ ਗੱਲ ਕਰ ਰਹੀਏ ਹੋਰ ਵੀ ਵੱਡੇ ਸਿਤਾਰਿਆਂ ਦੀ, ਸਾਰੇ ਹੀ ਉੱਥੇ ਪਹੁੰਚਦੇ ਨੇ ਤੇ ਉੱਥੇ ਔਰੀ ਵੀ ਸਪੋਟ ਕੀਤੇ ਜਾਂਦੇ ਨੇ ਤੇ ਬਾਲੀਵੁੱਡ ਦੇ ਕਈ ਮਸ਼ਹੂਰ ਹਸਤੀਆਂ ਜਿਹੜੀਆਂ ਨੇ ਉੱਥੇ ਪਹੁੰਚੀਆਂ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਬਾਲੀਵੁੱਡ ਦੇ ਸਿਤਾਰੇ ਉੱਥੇ ਪਹੁੰਚੇ ਤਾਂ ਸਾਡੀ ਵਰਲਡ ਚੈਂਪੀਅਨ ਟੀਮ, ਜੀ ਹਾਂ, T20 ਵਰਲਡ ਕੱਪ ਦਾ ਖਿਤਾਬ ਜਿੱਤਣ ਵਾਲੀ ਸਾਡੀ ਭਾਰਤੀ ਕ੍ਰਿਕਟ ਟੀਮ ਵੀ ਜਿਹੜੀ ਹੈ ਉਹਨਾਂ ਦੇ ਵੀ ਕਈ ਜਿਹੜੇ ਚੈਂਪੀਅਨਸ ਨੇ ਉੱਥੇ ਪਹੁੰਚੇ, ਜੀ ਹਾਂ, ਰੋਹਿਤ ਸ਼ਰਮਾ, ਸ਼੍ਰੇਯਸ ਅਈਅਰ ਤੇ ਨਾਲ ਹੀ ਸੂਰਿਆ ਕੁਮਾਰ ਯਾਦਵ, MS ਧੋਨੀ ਸਾਰੇ ਹੀ ਉੱਥੇ ਸਪੋਟ ਕੀਤੇ ਗਏ ਨੇ। ਉੱਥੇ ਸਾਰੇ ਜਾਣੇ ਕਾਫੀ ਜ਼ਿਆਦਾ ਖੁਸ਼ ਵੀ ਨਜ਼ਰ ਆ ਰਹੇ ਨੇ। ਹਾਰਦਿਕ ਪਾਂਡਿਆ ਵੀ ਉੱਥੇ ਆਪਣੀ ਫੈਮਿਲੀ ਦੇ ਨਾਲ ਪਹੁੰਚੇ ਨੇ, ਜੀ ਹਾਂ, ਹਾਰਦਿਕ ਪਾਂਡਿਆ ਉੱਥੇ ਆਪਣੇ ਭਰਾ ਤੇ ਆਪਣੀ ਭਾਬੀ ਦੇ ਨਾਲ ਉੱਥੇ ਪਹੁੰਚੇ ਜਿੱਥੇ ਉਹਨਾਂ ਨੇ ਕਰਨ ਔਜਲਾ ਦੇ ਨਾਲ ਇੱਕ ਪੋਸਟ ਵੀ ਜਿਹੜੀ ਹੈ ਉਹ ਸਾਹਮਣੇ ਆਈ ਹੈ। ਜੀ ਹਾਂ, ਕਰਨ ਔਜਲਾ ਦੇ ਵੱਲੋਂ ਸਟੋਰੀ ਪਾਈ ਜਾਂਦੀ ਹੈ ਹਾਰਦਿਕ ਪਾਂਡਿਆ ਦੇ ਨਾਲ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸੰਗੀਤ ਪਾਰਟੀ ਦੇ ਵਿੱਚ ਸਾਰਿਆਂ ਨੇ ਰਲ ਕੇ ਖੂਬ ਮਹਿਫਿਲ ਜਮਾਈ ਤੇ ਉੱਥੇ ਹੀ ਸਲਮਾਨ ਖਾਨ ਦੇ ਵੱਲੋਂ ਵੀ ਇੱਕ ਸਪੈਸ਼ਲ ਪਰਫੋਰਮੈਂਸ ਦਿੱਤੀ ਗਈ ਹੈ। ਜੀ ਹਾਂ, ਸਲਮਾਨ ਖਾਨ ਨੇ ਵੀ ਡਾਂਸ ਕੀਤਾ ਤੇ ਨਾਲ ਹੀ ਜਾਨਵੀ ਕਪੂਰ ਤੇ ਅਰਜੁਨ ਕਪੂਰ ਨੇ ਵੀ ਸਪੈਸ਼ਲ ਪਰਫੋਰਮੈਂਸ ਦਿੱਤੀ ਇਹਨਾਂ ਦੀ ਸੰਗੀਤ ਨਾਈਟ ਦੇ ਵਿੱਚ ਤੇ ਉੱਥੇ ਹੀ। ਫਿਰ ਜੇ ਅਸੀਂ ਅੰਬਾਨੀਜ਼ ਦੀ ਗ੍ਰੈਂਡ ਐਂਟਰੀ ਦੀ ਗੱਲ ਕਰ ਰਹੀਏ ਤਾਂ ਸੰਗੀਤ ਨਾਈਟ ਦੇ ਵਿੱਚ ਪੂਰੇ ਅੰਬਾਨੀ ਪਰਿਵਾਰ ਦੇ ਵੱਲੋਂ ਆਪਣੀ ਐਂਟਰੀ ਜਿਹੜੀ ਉਹ ਗ੍ਰੈਂਡ ਅੰਦਾਜ਼ ਦੇ ਵਿੱਚ ਕੀਤੀ ਜਾਂਦੀ ਹੈ। ਪੂਰਾ ਪਰਿਵਾਰ ਸਟੇਜ 'ਤੇ ਇਕੱਠਾ ਹੋ ਕੇ ਪਹਿਲਾਂ ਪਰਫੋਰਮੈਂਸ ਦਿੰਦਾ ਅਤੇ ਸਾਰੇ ਪਰਿਵਾਰ ਦੀ ਪਰਫੋਰਮੈਂਸ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਅਤੇ ਇਹ ਵੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਅਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ 12 ਜੁਲਾਈ ਨੂੰ ਅਨੰਤ ਅਤੇ ਰਾਧਿਕਾ ਵਿਆਹ ਦੇ ਬੰਧਨ ਦੇ ਵਿੱਚ ਬੰਧਨ ਜਾ ਰਹੇ ਨੇ ਅਤੇ ਫਿਲਹਾਲ ਦੇ ਲਈ ਉਹਨਾਂ ਦੇ ਵਿਆਹ ਦੇ ਫੰਕਸ਼ਨਸ ਜਿਹੜੇ ਨੇ ਉਹ ਚੱਲ ਰਹੇ ਨੇ ਅਤੇ ਉੱਥੇ ਹੀ ਕਈ ਬਾਲੀਵੁੱਡ ਹਸਤੀਆਂ ਜਿਹੜੀਆਂ ਨੇ ਉੱਥੇ ਪਹੁੰਚੀਆਂ ਨੇ ਅਤੇ ਹੁਣ ਫਿਲਹਾਲ ਸੰਗੀਤ ਦੇ ਵਿੱਚ ਤਾਂ ਪੰਜਾਬੀਆਂ ਨੇ ਆਪਣਾ ਰੰਗ ਜਮਾ ਹੀ ਦਿੱਤਾ ਅਤੇ ਆਉਣ ਵਾਲੇ ਫੰਕਸ਼ਨਸ ਦੀ ਜੋ ਅਪਡੇਟ ਹੋਏਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ।